प्रभु तेरा दित्ता नवाचो सवेरा ऐ खुदा बाप साडे पालनहार अज दा दिन सानू अपनी उंगली फड़ा के अपने नाल लेके चल जहनी अते जिस्मानी ताकत बख्श तां जो असी शैतान दी ताकत तो अपने आप दी रखवाली कर सकिए सानू रूहानी ताकत दे प्रभु ताकि असी किसी भी तरह कमजोर हो के शैतान दी ताकत अगे ना चुकीए ते अज दा पूरा दिन सच्चाई ते धर्म ते चल के पूरा करिए। महान पिता परमेश्वर साड़ी मदद कर कि आज दे दिन असी अपने वलों करन वाले निके निके कमां विच भी ईमानदार बने रहिए असी अपनी अते अपने परिवार की रोजी रोटी लई जो भी काम करते हाँ पूरी तनदेही ते सच्चाई नाल करिए साड़ी मदद कर पिता परमेश्वर कि आज दे सारे कमां नू जो असी अपने परिवार नू पालन लई करदे हां उन्हां विच बेध्यान ना होइए बल्कि पूरी सच्चाई ते ईमान नाल तेरे नां दी उस्तत ते वडियाई लई करिए अज दे पूरे काम काज लई सानू तेरी मदद दी लोड़ है साडी इस लोड़ नू पूरिया कर परमेश्वर गुनाहां तो दूर रहने लई साडी मदद कर
ਅਣਜਾਣਪੁਣੇ ਵਿੱਚ ਵੀ ਅੱਜ ਸਾਥੋਂ ਕੋਈ ਗੁਨਾਹ ਨਾ ਹੋਵੇ। ਸ਼ੈਤਾਨ ਵੱਲੋਂ ਖੜੀਆਂ ਕੀਤੀਆਂ ਮੁਸ਼ਕਲਾਂ ਕਾਰਨ ਅਸੀਂ ਕਿਸੇ ਵੀ ਛੋਟੀ ਜਾਂ ਵੱਡੀ ਅਜ਼ਮਾਇਸ਼ ਵਿੱਚ ਨਾ ਪਈਏ। ਹਰ ਇੱਕ ਛੋਟੀ ਵੱਡੀ ਬਦੀ ਤੋਂ ਸਾਨੂੰ ਬਚਾ। ਅਸੀਂ ਜਾਣਦੇ ਹਾਂ ਪ੍ਰਭੂ, ਤੇ ਯਕੀਨ ਰੱਖਦੇ ਹਾਂ ਕਿ ਤੇਰੀ ਤਾਕਤ ਸ਼ੈਤਾਨ ਦੀ ਤਾਕਤ ਤੋਂ ਵੱਡੀ ਤੇ ਮਹਾਨ ਹੈ। ਅਸੀਂ ਤੇਰੀ ਇਸ ਅਸੀਮ ਤਾਕਤ ਤੇ ਰਹਿਮ ਸਦਕਾ ਯਕੀਨਨ ਅੱਜ ਦਾ ਦਿਨ ਸ਼ੈਤਾਨ ਦੀ ਤਾਕਤ ਨੂੰ ਨਾਕਾਮ ਕਰਨ ਵਿੱਚ ਕਾਮਯਾਬ ਹੋਵਾਂਗੇ। ਮਿਹਰਬਾਨ ਪ੍ਰਭੂ, ਸਾਨੂੰ ਪ੍ਰੇਰਨਾ ਦੇ ਕਿ ਅੱਜ ਦੇ ਦਿਨ ਅਸੀਂ ਦੁਖੀਆਂ, ਬਿਮਾਰਾਂ ਤੇ ਲਾਚਾਰਾਂ ਦੀ ਮਦਦ ਲਈ ਸਮਾਂ ਕੱਢ ਸਕੀਏ ਤੇ ਉਹਨਾਂ ਦੀ ਸੇਵਾ ਸੰਭਾਲ ਕਰ ਸਕੀਏ। ਉਹਨਾਂ ਦਾ ਦੁੱਖ ਘੱਟ ਕਰਨ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਪੂਰੇ ਦਿਲ ਨਾਲ ਕਰੀਏ। ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਹਨਾਂ ਨੂੰ ਹੌਸਲਾ ਦੇ ਕੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਨਾ ਦੇਈਏ। ਅਸੀਂ ਦੁਖੀਆਂ ਤੇ ਬਿਮਾਰਾਂ ਦੀ ਸਿਹਤਯਾਬੀ ਲਈ ਪੂਰੇ ਦਿਲ ਨਾਲ ਦੁਆ ਕਰਦੇ ਹਾਂ ਕਿ ਤੂੰ ਉਹਨਾਂ ਨੂੰ ਚੰਗਿਆਈ ਦੇ। ਸਾਨੂੰ ਪੂਰਾ ਯਕੀਨ ਹੈ ਕਿ ਸਾਡੀ ਦੁਆ ਕਬੂਲ ਕਰਕੇ ਤੂੰ ਆਪਣੀ ਦਇਆ ਤੇ ਚੰਗਿਆਈ ਦੁਖੀਆਂ ਤੇ ਬਿਮਾਰਾਂ ਨੂੰ ਜ਼ਰੂਰ ਬਖਸ਼ੇਗਾ। ਤੇਰਾ ਮੇਰਾ ਮਾਲਿਕ ਤੂੰ ਮੇਰਾ, ਮੈਂ ਸੇਵਕ ਤੇਰਾ, ਰਿਸ਼ਤਾ ਨਾ ਟੁੱਟੇ ਇਹ ਤੇਰਾ ਮੇਰਾ। ਐ ਪ੍ਰਭੂ ਦਿਆਲੂ ਪਿਤਾ, ਅਸੀਂ ਤੇਰੀ ਸੰਤਾਨ ਹਾਂ। ਤੂੰ ਸਾਡਾ ਸਿਰਜਣਹਾਰ ਹੈ, ਸਾਡਾ ਪਾਲਣਹਾਰ ਤੇ ਤਾਰਨਹਾਰ ਹੈ। ਸਾਡੀਆਂ ਸਾਰੀਆਂ ਦੁਆਵਾਂ ਕੰਨ ਲਾ ਕੇ ਸੁਣ, ਸਾਡੀਆਂ ਫਰਿਆਦਾਂ ਨੂੰ ਕਬੂਲ ਕਰ। ਅਸੀਂ ਅਣਜਾਣ ਹਾਂ, ਨਾਦਾਨ ਹਾਂ, ਆਪਣੀ ਮਿਹਰ ਦਾ ਹੱਥ ਸਾਡੇ ਸਿਰਾਂ ਤੇ ਰੱਖ ਤਾਂ ਕਿ ਅਸੀਂ ਅੱਜ ਦੇ ਦਿਨ ਨੂੰ ਆਪਣੇ ਲਈ ਕਾਮਯਾਬ ਦਿਨ ਬਣਾ ਸਕੀਏ। ਸਾਡੇ ਤੇ ਆਪਣੀ ਪਾਕ ਨਜ਼ਰ ਰੱਖ ਪ੍ਰਭੂ, ਸਾਡੀ ਨਜ਼ਰ ਨੂੰ ਪਵਿੱਤਰਤਾ ਬਖਸ਼, ਸਾਡੀ ਸੋਚ ਨੂੰ ਸਾਫ਼ ਕਰ, ਸਾਡੇ ਦਿਲ ਨੂੰ ਪਾਕ ਕਰ, ਤਾਂ ਕਿ ਅੱਜ ਦੀ ਇਹ ਨਵੀਂ ਸਵੇਰ ਜੋ ਤੇਰੀ ਰਹਿਮਤ ਨਾਲ ਸਾਨੂੰ ਮਿਲੀ ਹੈ,
ਪਵਿੱਤਰਤਾ ਨਾਲ ਗੁਜ਼ਾਰੀਏ। ਜਪਾ ਮੈਂ ਨਿਤ ਦਿਨ ਤੇਰਾ, ਬਿਨ ਤੇਰੇ ਪ੍ਰਭੂ ਜੀ ਕੋਈ ਨਾ ਮੇਰਾ। ਨਾਮ ਜਪਾ ਮੈਂ ਨਿਤ ਦਿਨ ਤੇਰਾ, ਬਿਨ ਤੇਰੇ ਪ੍ਰਭੂ ਜੀ ਕੋਈ ਨਾ ਮੇਰਾ। ਐ ਸਵਰਗ ਦੇ ਬਾਦਸ਼ਾਹ, ਕੁੱਲ ਸ੍ਰਿਸ਼ਟੀ ਦੇ ਸ਼ਹਿਨਸ਼ਾਹ, ਅਸੀਂ ਆਪਣੇ ਧਾਰਮਿਕ ਆਗੂਆਂ ਲਈ ਦੁਆ ਕਰਦੇ ਹਾਂ। ਉਹਨਾਂ ਨੂੰ ਜ਼ਿਹਨੀ ਜਿਸਮਾਨੀ ਤਾਕਤ ਬਖਸ਼ ਕਿ ਉਹ ਭੁੱਲੇ ਭਟਕੇ ਲੋਕਾਂ ਨੂੰ, ਖੁਦਾ ਦੀਆਂ ਭਟਕ ਗਈਆਂ ਭੇਡਾਂ ਨੂੰ ਤੇਰੀ ਰਹਿਮਤ ਤੇ ਬਖਸ਼ਿਸ਼ ਨਾਲ ਆਪਣੇ ਤਾਕਤਵਰ ਮੋਢਿਆਂ ਤੇ ਚੁੱਕ ਕੇ ਤੇਰੇ ਵੱਲ ਜਾਂਦੀ ਸੱਚ ਦੀ ਰਾਹ ਤੇ ਲੈ ਆਉਣ ਦੇ ਸਮਰੱਥ ਹੋਣ। ਐ ਸਵਰਗੀ ਪਿਤਾ, ਸਾਡੇ ਧਾਰਮਿਕ ਆਗੂਆਂ ਨੂੰ ਧਾਰਮਿਕਤਾ ਦੀ ਰੋਸ਼ਨੀ ਨਾਲ ਭਰ ਦੇ, ਉਹਨਾਂ ਦੀ ਆਤਮਾ ਨੂੰ ਪੂਰੀ ਤਰ੍ਹਾਂ ਰੂਪਾਗ ਦੀ ਪਵਿੱਤਰਤਾ ਨਾਲ ਭਰਪੂਰ ਕਰ ਦੇ ਕਿ ਅੱਜ ਦੇ ਦਿਨ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਤਮਾਮ ਕੰਮਾਂ ਵਿੱਚ ਤੇਰੀ ਖੁਦਾਈ ਪ੍ਰਗਟ ਹੋਵੇ। ਕਰਾਂ ਪ੍ਰਭੂ ਤੇਰਾ, ਦਿੱਤਾ ਨਵਾ ਜੋ ਸਵੇਰਾ। ਮਜ਼ਬੂਤ ਈਮਾਨ ਮੇਰਾ, ਹੋ ਕੇ ਰਵਾ ਮੇ ਦਿਲ ਤੋਂ ਤੇਰਾ। ਕਰ ਮਜ਼ਬੂਤ ਈਮਾਨ ਮੇਰਾ, ਹੋ ਕੇ ਰਵਾ ਮੇ ਦਿਲ ਤੋਂ ਤੇਰਾ। ਕਰਾਂ ਪ੍ਰਭੂ ਤੇਰਾ,